ਨੌਜਵਾਨ ਵੀਰਾਂ ਨੂੰ ਬੁਲਾਉਣਾ ਦਿੰਦੇ ਹਫ਼ਤਾ। ਮੈਂ 10 ਮਿੰਟ ਬੇਨਤੀ ਕਰਾਂਗਾ ਭਾਈ ਜਗਰੂਪ ਸਿੰਘ ਜੀ, ਪ੍ਰਚਾਰ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 10 ਮਿੰਟ ਗੁਰਦੁਆਰਾ ਪ੍ਰਬੰਧਕ ਕਮੇਟੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਚੱਲ ਜਾਈਦਾ ਬਾਬਾ ਜੀ, ਸਾਰੀ ਸੰਗਤ ਨਾਲ ਮਿਲ ਕੇ ਇੱਥੇ ਅਸੀਂ ਥੁੱਕਾ ਪਕੌੜਿਆਂ ਦਾ ਲੰਗਰ ਲਾਉਂਦੇ ਹਾਂ। ਮਹਾਰਾਜ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਅਤੇ ਗੁਰਪੁਰਬ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੁੱਪ ਕਰਕੇ ਕੀ ਤੁਹਾਡਾ ਕਿਸੇ ਨੂੰ ਫਾਇਦਾ? ਤੇ ਉਹ ਕਰਮ ਯੋਗੀ ਨੇ ਜਿਹੜੇ ਹੱਥ ਕਾਰ ਵੱਲ ਚਿੱਤ ਦਤਾਰ ਵੱਲ। ਸੋ ਗੁਰੂ ਸਾਹਿਬ ਨੂੰ ਪੁੱਛਿਆ ਵੀ ਸੀ, ਕਹਿੰਦੇ ਜੀ ਤੁਹਾਡਾ ਗੁਰੂ ਕੌਣ ਹੈ? ਫਿਰ ਕਿਉਂਕਿ ਆਪਾਂ ਇਸ ਗੱਲ ਦਾ ਬੜਾ ਧਿਆਨ ਰੱਖਣਾ, ਆਪਣਾ ਨੇਚਾ ਆ ਪ੍ਰੋਗਰਾਮ ਕਾਹਦੀ ਖਤਰ ਅੱਤਿਆਚਾਰ ਹੋਏ, ਨੇਚਾ ਨਹੀਂ ਟੁੱਟਿਆ ਕਿ ਸਾਨੂੰ ਮਾਰਨ ਰੱਖਣ ਵਾਲਾ ਬਹਿਗੜੂਆ ਕਿਸੇ ਦੀ ਕੀ ਔਕਾਤ ਸਾਨੂੰ ਮਾਰੇ ਜਾਂ ਸਾਨੂੰ ਰੱਖੇ, ਨੇਚਾ ਨਹੀਂ ਟੁੱਟਣ ਦਿੱਤਾ। ਸੋ ਨੇਚਾ ਪੱਕਾ ਹੁੰਦਾ ਇਤਿਹਾਸ ਸੁਣ ਕੇ ਕਿ ਸਾਡਾ ਨੇਚਾ ਵੀ ਗੁਰੂ ਸਾਹਿਬ ਤੋਂ ਉਨਾ ਹੀ ਚਾਹੀਦਾ ਜਿੰਨਾ ਨੇਚਾ ਉਹਨਾਂ ਦਾ ਬਣਿਆ ਰਿਹਾ। ਆ ਜਿਨ੍ਹਾਂ ਦੇ ਅਸੀਂ ਇੱਥੇ ਜਸ ਗਾਉਂਦੇ, ਮੇਰੀ ਗੱਲ ਜਿਹਨੇ ਹਵਾ ਪੈਦਾ ਕੀਤੀ, ਹੈ ਕੋਈ ਮਾਈ ਦਾ ਲਾਲ ਜਿਹੜਾ ਹਵਾ ਦੇ ਸਕੇ ਸਾਨੂੰ? ਇਹ ਹਵਾ ਨੂੰ ਤਾਂ ਅੱਗੋਂ ਫਿਰ ਤਰੀਕਿਆਂ ਨਾਲ ਫਿਰ ਗੁਰਬਾਣੀ ਵੱਲ ਕੋਈ ਉਂਗਲ ਚੁੱਕ ਸਕੇ ਜਾਂ ਗੁਰਬਾਣੀ ਦੇ ਉੱਤੇ ਕੋਈ ਟੈਕੂ ਬਰਾਤੂ ਕਰ ਸਕੇ। ਅਸੀਂ ਵੀ ਕਈ ਵਾਰੀ ਥੋੜ੍ਹਾ ਜਿਹਾ ਜ਼ਿਆਦਾ ਸਾਨੂੰ ਕਿਤਾਬਾਂ ਪੜ੍ਹ ਲਈਆਂ ਜਾਣ ਤੇ ਸਾਨੂੰ ਐਂ ਲੱਗਣ ਲੱਗ ਜਾਂਦਾ ਹੁਣ ਮੈਂ ਜਿਹੜੀ ਗੱਲ ਤਰਕ ਦੇਣੀ ਚਾਹੀਦਾ ਜਿਹਦੇ ਨਾਲ ਗੁਰੂ ਦਾ ਨੇਚਾ ਭਰੋਸਾ ਵਧੇ, ਅਹੀਆਂ ਅਹੀਆਂ ਤਰਕਾਂ ਨਹੀਂ ਦੇਣੀਆਂ ਚਾਹੀਦਾ ਜਿਹਦੇ ਨਾਲ ਗੁਰੂ ਦੀ ਅਰਥਾ। ਇਹ ਕਹਿੰਦੇ ਆਇਆ ਮਹਾਂਪੁਰਖਾਂ ਦਾ ਆਗਿਆ, ਸਾਨੂੰ ਇਹ ਗੱਲ ਕਹਿਣੀ ਭੋਰਾ ਨਾਲ ਯਾਰ ਕਰ, ਕਿਉਂਕਿ ਆਪਣਾ ਫਰਜ਼ ਬਣਦਾ।
ਗੁਰੂ ਸਾਹਿਬ ਨੇ ਬਾਣੀ ਦਾ ਬੜਾ ਸਤਿਕਾਰ ਕੀਤਾ। ਪਹਿਲਾਂ ਗੁਰਦਾਰ ਜੀ ਆਏ ਹੋਵਾਂਗੇ, ਆਪਣੇ ਮਾਤਾ ਪਿਤਾ ਨੇ ਆਪਾਂ ਨੂੰ ਉਂਗਲੀ ਫੜ ਕੇ ਮੱਥਾ ਟਿਕਾਇਆ ਹੋਊਗਾ। ਪਹਿਲੀ ਵਾਰੀ ਆਪਣਾ ਸਿਰ ਧਰ ਕੇ ਕੌਮੀ ਜ਼ਿੰਮੇਵਾਰੀ ਨਿਭਾਈ ਹੋਊ ਆਪਣੀ ਮਾਂ ਨੇ ਜਾਂ ਪਿਤਾ ਨੇ, ਵੀ ਬਹੁਤ ਇੱਥੇ ਮੱਥਾ ਟੇਕਣਾ, ਤੇ ਆਹ ਤੇਰਾ ਗੁਰੂ ਹੈ, ਇਹਨੂੰ ਇਸੇ ਗੁਰੂ ਨੇ ਮੱਥਾ ਟੇਕਣਾ। ਆਪਾਂ ਆਪ ਹੀ ਭੁੱਲ ਗਏ ਵੀ ਆਪਾਂ ਕਿੰਨੀ ਕੁ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਇੱਕ ਵਾਰੀ ਨੂੰ ਵੀ ਮੱਥਾ ਟੇਕਿਆ ਹੋਣਾ। ਆਪਣਾ ਨੇਚਾ ਤਾਂ ਹੋਣਾ ਚਾਹੀਦਾ ਨਾ ਗੁਰੂ 'ਤੇ, ਕੋਈ ਐਵੇਂ ਤਰਕ ਦੇ ਦੇਵੇ, ਅਤੇ ਜੇ ਕੋਈ ਆ ਸੰਗਤ 'ਤੇ ਤਰਕ ਦੇ ਦੇਵੇ ਜਾਂ ਗੁਰੂ 'ਤੇ ਤਰਕ ਦੇ ਦੇਵੇ, ਇਹ ਕਾਹਦੀਆਂ ਦਲੀਲਾਂ ਨੇ ਜਿਹੜੀਆਂ ਸਾਡੇ ਗੁਰੂ ਦਾ ਭਰੋਸਾ ਹੀ ਕਮਜ਼ੋਰ ਕਰੀ ਜਾਂਦੀਆਂ ਨੇ। ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜ਼ਿਆਦਾ ਭਾਇਆ, ਪਰਨ ਬਤਨਾਨਕ ਤਿਲਕੀ ਸਰਣਾ ਜੰਤੂ ਨਾਹੀਂ ਵਿਸਰਿਆ। ਮੈਂ ਮੂਰਖ ਕੀ ਕੇਤ ਕਮਾਤ ਹੈ, ਜੋੜੇ ਜਿੱਥੇ ਲਾ ਕੇ ਆਉਂਦੇ ਆ ਉੱਥੇ ਆਪਦੀ ਅਕਲ ਛੱਡ ਕੇ ਆਉਣਾ ਚਾਹੀਦਾ। ਇੱਥੇ ਤਾਂ ਸਿਰਫ ਗੁਰੂ ਸਾਹਿਬ ਦੇ ਚਰਨ ਪਰਸਨ ਲਈ ਜਾਈਏ ਆਪਾਂ। ਮੈਂ ਮੂਰਖ ਕੀ ਕੇਤ ਕਮਾਤ ਹੈ, ਓਟ ਪ੍ਰਾਧੀ ਕਰਿਆ ਰੇ ਗੁਰ ਨਾਨਕ ਜਿਹੜੇ ਸੁਣਿਆ ਦੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਤੇ ਗੁਰੂ।